ਕਿਚਨ ਚ ਲੱਗੇ ਸੀ ਲਾਗੇ ਪੜੋਸੀ ਰੋਟੀ ਬਣਾਉਣੇ, ਇੱਕਦਮ ਬਲਾਸਟ ਹੋਇਆ ਕਿ ਪਤਾ ਨੀ ਕੀ ਹੋ ਗਿਆ, ਟੀਵੀ ਬੰਦ ਹੋ ਗਿਆ ਨਾਲ ਹੀ ਫਰਿੱਜ ਬੰਦ ਹੋ ਗਈ, ਇੰਨੇ ਜ਼ੋਰ ਤੋਂ ਹੋਇਆ। ਸਿਲੰਡਰ ਪਿਆ ਹੀ ਲੱਗ ਗਿਆ, ਇਸ ਕਰਕੇ ਅਸੀਂ ਆਪ ਨੀ ਲਵਾਣੀ ਗੈਸ। ਹਾਂਜੀ ਲਿੱਤਾ ਹੋਇਆ, ਮੈਂ ਤਾਂ ਪੂਰੀ ਫੀਸ ਦਿੱਤੀ ਹੋਈ 7000 ਰੁਪਇਆ। ਸਾਰੇ ਡਰੇ ਪਏ ਹੋਏ, ਕਿਸੇ ਨੇ ਨੀ ਲਵਾਣਾ ਜੀ, ਜਾਂ ਕੋਈ ਜ਼ਿੰਮੇਦਾਰ ਲੈਣ ਕੱਲ ਕੋਈ ਗੱਲ ਬਣ ਜੇ ਫਿਰ ਤੇ ਠੀਕ, ਜੇ ਨਾ ਕੋਈ ਲੈਣ ਫਿਰ ਨੀ ਲਵਾ ਸਕਦੇ ਕੋਈ। ਘਟਨਾ 11 ਵਜੇ ਦਾ ਟਾਈਮ ਸੀਗਾ ਤੇ ਮੈਂ ਤੇ ਮੇਰੀ ਮਿਸਿਜ ਬੇਟਾ ਬ੍ਰੇਕਫਾਸਟ ਕਰ ਰਹੇ ਸੀ ਅੰਦਰ ਕਮਰੇ ਚ, ਤੇ ਬ੍ਰੇਕਫਾਸਟ ਕਰਦੇ ਕਰਦੇ ਇੱਕਦਮ ਬਲਾਸਟ ਹੋਇਆ ਤੇ ਵਾਈਫ ਮੇਰੀ ਭੱਜੀ ਗਈ ਬਾਹਰ। ਮੈਂ ਕਹਿੰਦਾ ਸਿਲੰਡਰ ਫਟ ਗਿਆ, ਇਹ ਵੀ ਕਹਿੰਦੀ ਸਿਲੰਡਰ ਫਟ ਗਿਆ, ਭੱਜੀ ਇਹ ਵੀ ਰੋਟੀ ਖਾਂਦੀ ਖਾਂਦੀ। ਦੇਖਿਆ ਤਾਂ ਬਾਹਰ ਉੱਪਰ ਜਿਹੜਾ ਮੀਟਰ ਲੱਗਿਆ ਸੀਗਾ ਟੋਰੈਂਟ ਗੈਸ ਵਾਲਾ, ਉਹ ਬਲਾਸਟ ਹੋ ਗਿਆ, ਚੂਰ ਚੂਰ ਹੋ ਗਿਆ ਉਹ। ਤੇ ਇੰਨੇ ਬਾਹਰ ਉਹਨਾਂ ਦੇ ਸੀਨੀਅਰ ਵੀ ਖੜੇ ਸੀਗੇ, ਉਹਨਾਂ ਨੂੰ ਬੁਲਾਇਆ, ਮੈਂ ਕਿਹਾ ਭਾਈ ਸਾਹਿਬ ਇਹ ਦੇਖੋ ਕੀ ਹੋ ਗਿਆ। ਉਹ ਕਹਿੰਦੇ ਪ੍ਰੈਸ਼ਰ ਜ਼ਿਆਦਾ ਆ ਗਿਆ। ਮੈਂ ਕਿਹਾ ਪ੍ਰੈਸ਼ਰ ਜ਼ਿਆਦਾ ਆ ਗਿਆ, ਇਹ ਤਾਂ ਸਾਡਾ ਤਾਂ ਨੁਕਸਾਨ ਹੋ ਗਿਆ। ਕਹਿੰਦੇ ਕੋਈ ਨੀ ਜੀ, ਪੁੱਛਦੇ ਆ ਉਹਨਾਂ ਨੇ ਮੁੰਡਿਆਂ ਨੂੰ ਪੁੱਛਿਆ, ਠੇਕੇਦਾਰਾਂ ਨੂੰ ਪੁੱਛਿਆ, ਕਹਿੰਦੇ ਜੀ ਇਹ, ਕਹਿੰਦੇ ਜੀ ਅੰਦਰੋਂ ਸੇਫਟੀ ਵਾਲ ਬੰਦ ਕਰਨਾ ਭੁੱਲ ਨਹੀਂ। ਸੱਟ ਫੇਟ ਤਾਂ ਨਹੀਂ ਲੱਗੀ, ਜਾਨੀ ਨੁਕਸਾਨ ਨਹੀਂ ਹੋਇਆ ਕੋਈ। 15 ਮਿੰਟ ਪਹਿਲਾਂ ਹੀ ਹਜੇ ਸਾਡੇ ਜਿਹੜੇ ਕੰਮ ਕਰਨ ਆਉਂਦੇ ਆ, ਹਜੇ ਗਈ ਹੋਈ ਸੀਗੀ, ਜੋ ਬਾਹਰ ਹੁੰਦੀ ਤਾਂ ਖੈਰ ਸਿਰ ਸੁਰ ਫਟ ਜਾਂਦਾ ਉਹਦਾ ਥੱਲੇ ਗੈਸ। ਧਮਾਕਾ ਤਾਂ ਜਿਵੇਂ ਹੁਣ ਦੇਖ ਲਓ ਸਿਲੰਡਰ ਫਟਦਾ ਹੈ, ਉਹ ਆਵਾਜ਼ ਸੀਗੀ ਜੀ। ਜੇ ਉੱਧਰ ਜੇ ਗੈਸ ਹੁੰਦੀ ਤੇ ਗੈਸ ਸਿਲੰਡਰ ਵੀ ਪਿਆ ਸੀ ਤਾਂ ਪੂਰੇ ਘਰ ਨੂੰ ਅੱਗ ਵੀ ਲੱਗਦੀ, ਪੂਰੇ ਘਰ ਨੂੰ ਤਾਂ ਫਿਰ ਪੂਰੇ ਗਲੀ ਨੂੰ ਹੀ ਅੱਗ ਲੱਗਦੀ ਫਿਰ ਤਾਂ। ਹਾਂ ਟੈਸਟਿੰਗ ਦੇ ਵਿੱਚ ਹੀ ਇਹ ਫੇਲ ਹੋ ਗਈ ਤਾਂ ਸਾਡੀ ਜਿੰਨੇ ਗਲੀ ਮੁਹੱਲੇ ਘਰ ਆਏ ਤਾਂ ਇਹ ਤਾਂ ਸਾਰੇ ਹੁਣ, ਅਸੀਂ ਤਾਂ ਇਹਨੂੰ ਲਵਾਉਣਾ ਨਹੀਂ। ਹਾਂ ਪੁਲਿਸ ਨੂੰ ਕੰਪਲੇਂਟ ਕਰਾਂਗੇ, ਸਾਰੇ ਗਲੀ ਮੁਹੱਲੇ ਨੂੰ ਲੈ ਕੇ ਬੰਦਾ ਸਭ ਨੂੰ ਲੈ ਕੇ ਜਾਵਾਂਗੇ ਅਸੀਂ ਵੀ ਆਹ ਸਾਡਾ ਇਹ ਹੋਇਆ, ਅਜੇ ਤਾਂ ਟੈਸਟਿੰਗ 'ਚ ਹੀ ਹੋ ਗਿਆ ਤੇ ਬਾਅਦ 'ਚ ਕੀ ਹੋਏਗਾ। ਹਾਂ ਕੰਪਲੇਂਟ ਮੈਂ ਸਵੇਰੇ ਕਹਿਤਾ ਸੀ, ਮੇਰੀ ਵਾਈਫ ਤਾਂ ਹੁਣ ਵੀ ਐ ਕਰੇਗਾ, ਉਹਨਾਂ ਦਾ ਜਦੀ ਕਹਿਤਾ ਵੀ ਹੁਣ ਹੀ ਪੱਟੋ ਇਹਨੂੰ। ਆ ਗੁਆਂਢੀ ਵੀ ਆ ਸਾਡੇ, ਉਹ ਵੀ ਕਹਿੰਦੇ ਅਸੀਂ ਕੋਈ ਨਹੀਂ ਲਵਾ ਰਿਹਾ ਗਲੀ ਦੇ ਵਿੱਚੋਂ, ਬਾਕੀਆਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਬਚਾ ਹੋ ਗਿਆ। ਉਹਦੇ ਵਿੱਚ ਇੱਕਦਮ ਨਾ ਜਿਹੜਾ ਮੀਟਰ ਹੁੰਦਾ ਨਾ, ਉਹਦੇ ਵਿੱਚ ਬਲਾਸਟ ਹੋ ਗਿਆ ਇੱਕਦਮ, ਤੇ ਜਿਹੜੇ ਆਫੀਸਰਸ ਵੀ ਆਏ ਸੀਗੇ ਇੱਥੇ ਖੜੇ ਸੀਗੇ, ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਇਹ ਕਿਉਂ ਕਿੱਦਾਂ ਹੋਇਆ, ਉਹ ਕਹਿੰਦੇ ਵੀ 6 ਪੁਆਇੰਟ ਛੱਡੀ ਗਈ ਸਾਤੋਂ ਕਿਆ ਗਲਤੀ ਨਾ, ਵੈਸੇ 1 ਪੁਆਇੰਟ ਗੈਸ ਹੈ, 1 ਪੁਆਇੰਟ ਛੱਡੀ ਜਾਏਗੀ ਤੇ 6 ਪੁਆਇੰਟ ਇੱਕਦਮ ਜ਼ਿਆਦਾ ਛੱਡਤੀ, ਇਹਦੇ ਕਰਕੇ ਜਿਹੜਾ ਬਲਾਸਟ ਹੋਇਆ। ਤੇ ਬਲਾਸਟ ਵੀ ਇੰਨਾ ਸੀਗਾ, ਮੇਰਾ 3 ਘਰ ਦੂਰ ਦਾ ਘਰ, ਔਰ ਮੈਂ ਅੰਦਰ ਬੈਠਾ ਸੀਗਾ, ਅੰਦਰ ਵੀ ਮਤਲਬ ਇੰਨੀ ਆਵਾਜ਼ ਆਈ ਮੈਨੂੰ, ਬਹੁਤ ਤੇਜ਼ ਧਮਾਕਾ। ਮੈਂ ਕਿਹਾ ਵੀ ਬੜਾ ਤਕੜਾ ਕਿਸੇ ਨੇ ਬੰਬ ਜਾਇਆ। ਸੇਫਟੀ ਤਾਂ ਇਹਦੇ ਇਹ ਹਿਸਾਬ ਨਾਲ ਸੇਫਟੀ ਕੁਛ ਵੀ ਨਹੀਂ ਹੈ ਇਹਦੀ, ਵੀ ਸੇਫਟੀ ਸਾਨੂੰ ਦੱਸਿਆ ਤਾਂ ਸਹੀ, ਅਸੀਂ ਬਹਿ ਤਾਂ ਸੀ, ਮੈਨੂੰ ਪੁੱਛਿਆ ਹੋਊਗਾ ਉਹਨੂੰ ਵੀ ਭਾਈ ਇਹ ਕੀ ਸੇਫਟੀ ਹੈ ਤੁਹਾਡੀ, ਦੱਸੋ ਤਾਂ ਸਹੀ ਤੁਸੀਂ। ਕਹਿੰਦਾ ਵੀ ਇਹ ਤਾਂ ਜ਼ਿਆਦਾ ਹੋਣ ਕਰਕੇ ਹੋ ਗਿਆ, ਅਦਰਵਾਈਜ਼ ਤਾਂ ਸੇਫਟੀ ਬਹੁਤ ਹੈ, ਵੀ ਇਹ ਗੈਸ ਸਿਲੰਡਰ ਇੱਦਾਂ ਲੀਕ ਕਦੇ ਨਹੀਂ ਹੋਇਆ। ਮੈਂ ਕਿਹਾ ਵੀ ਇਹ ਤਾਂ ਸਾਨੂੰ ਬੜਾ ਔਖਾ ਹੋਇਆ ਮੁਹੱਲੇ ਦੇ ਵਿੱਚ, ਸਾਰੇ ਇਕੱਠੇ ਹੋ ਗਏ ਵੀ ਇਹ ਕਿੱਦਾਂ ਹੋ ਗਿਆ। ਹਾਂ ਕੰਪਨੀ ਮੈਂ ਜਦੇ ਆ ਗਏ ਜੀ, ਕਿਉਂਕਿ ਟੈਸਟਿੰਗ ਚੱਲ ਰਹੀ ਸੀਗੇ ਮੁਹੱਲੇ ਵਾਲੇ ਤਾਂ ਜਦ ਤੱਕ ਇਹ ਹੀ ਨਹੀਂ ਹੋ ਸਕਦਾ ਕੋਈ, ਜੇ ਸਾਨੂੰ ਸੇਫਟੀ ਬਾਰੇ ਬਿਲਕੁਲ ਕਨਫਰਮ ਨਹੀਂ ਕਰਨਗੇ ਤਾਂ ਅਸੀਂ